baby. Oh, baby. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੱਲ ਹੈਗੀ ਜੀ ਰੱਖੜੀ ਤੇ ਆਪਾਂ ਅੱਜ ਜਾ ਰਹੇ ਹਾਂ ਘਰੇ ਘਰ ਇਸ ਲਈ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਕਿਉਂਕਿ ਅੱਜ ਸਾਡੀ ਵਿਆਹ ਤੋਂ ਬਾਅਦ ਪਹਿਲੀ ਰੱਖੜੀ ਹੈ ਤੇ ਅਸੀਂ ਹੁਣ ਪਹਿਲਾਂ ਜਾਵਾਂਗੇ ਮੇਰੇ ਸਹੁਰੇ ਘਰ ਉੱਥੇ ਬਣਾਵਾਂਗੇ ਰੱਖੜੀ ਤੇ ਫਿਰ ਉਸ ਤੋਂ ਬਾਅਦ ਆਵਾਂਗੇ ਵਾਪਸ ਇੱਥੇ ਛੋਟੇ ਛੋਟੇ ਗਿਫਟ ਉਹਨਾਂ ਲਈ ਲੈ ਕੇ ਆਏ ਹਾਂ ਤੇ ਹੁਣ ਪਹਿਲਾਂ ਜਾਵਾਂਗੇ ਆਪਾਂ ਉਹਨਾਂ ਦੀ ਪੈਕਿੰਗ ਕਰਾਉਣ ਵਾਸਤੇ ਇਹ ਦੇਖੋ ਇਹ ਸਾਰਾ ਕੁਝ ਹੁਣ ਮੈਂ ਪੈਕ ਕਰਾ ਕੇ ਲੈ ਕੇ ਆਉਣਾ ਉਹ ਸ਼ਾਮ ਹੋ ਗਈ ਸੀ ਖੜਾ ਸੀ ਸਵੇਰ ਦਾ ਪੈਰ ਪੁੱਟ ਹੁੰਦੇ ਗਾਹਾਂ ਨਾ ਪਿਛਾਹਾਂ ਨੂੰ ਉਹ ਕਾਤੋਂ ਖੋਲਿਆ ਤੂੰ ਹੌਸਲਾ ਦਲੇਰ ਦਾ ਸਤਿ ਸ਼੍ਰੀ ਅਕਾਲ ਦੇਖੋ ਟਵਿੰਸ ਬੇਬੀਜ਼ ਦੇਖੋ ਇਹ ਹੈ ਮੇਰਾ ਦੇਵਰ ਇਹ ਮੇਰੀ ਨਨਾਣ ਨਵੀਤ ਕੋਸ਼ਿਸ਼ ਕਰ ਰਹੀ ਹੈ ਕਿ ਦੋਨਾਂ ਵਿੱਚੋਂ ਕਿਹੜਾ ਪਹਿਲਾਂ ਆ ਸਕਦਾ ਛੋਟੇ ਛੋਟੇ ਲਾ ਲੈ ਨੀ ਹੁੰਦੇ ਸਾਡਾ ਪਲਾਨ ਹੋ ਗਿਆ ਚੇਂਜ ਅਸੀਂ ਸੋਚਿਆ ਸੀਗਾ ਕਿ ਸਾਰਿਆਂ ਨੂੰ ਦੋ ਤਾਂ ਬੱਚੇ ਨੇ ਸੋਚਿਆ ਸੀ ਉਹਨਾਂ ਨੂੰ ਸਵੇਰੇ ਦਾਂਗੇ ਉਹਨਾਂ ਦੇ ਵਾਕਰ ਬਟ ਉਹਨੂੰ ਕਹਿੰਦੇ ਸੀ ਸਵੇਰੇ ਜਲਦੀ ਜਲਦੀ ਜਾਣਾ ਫਿਰ ਸੋਚਿਆ ਸੀ ਉਹਨਾਂ ਨੂੰ ਦੇਖਣਾ ਚਾਹੁੰਦੇ ਉਹਦੇ ਵਿੱਚ ਹੁਣ ਹੀ ਦੇ ਪਲਾਨ ਚੇਂਜ ਆਪਣਾ ਕਿਹੜਾ ਕੋਈ ਚੱਕਰ ਹੈ ਨਿਆਣੇ ਕਾਣਤ ਗਏ ਹੁਣ ਬਹੁਤ ਹੋ ਗਿਆ ਬਸ ਦੇਖੋ ਜੀ ਕਿੰਨੀਆਂ ਸਾਰੀਆਂ ਚਾਕਲੇਟਸ ਆਈਆਂ ਸਾਨੂੰ ਉਹਨਾਂ ਭਰਾ ਨੂੰ ਸਾਡੀ ਭੈਣ ਨੂੰ ਨਿਕਲ ਚੁੱਕੇ ਜੀ ਘਰੋਂ ਇੱਕ ਤਰਫ ਦੀ ਰੱਖੜੀ ਭੁਗਤ ਗਈ ਹੈ ਤੇ ਹੁਣ ਅਸੀਂ ਆਰਗੇਨਾਈਜ਼ ਕੀਤਾ ਹੈ ਇੱਕ ਛੋਟਾ ਜਿਹਾ ਲੰਚ ਫੈਮਿਲੀ ਗੈਟ ਟੁਗੇਦਰ ਅਰੇ ਮਨਵੀਤ ਕਹਿਣੀ ਜਾ ਰਹੇ ਹੈ ਯਾਨੀ ਕਿ ਇਹ ਵੈਸੇ ਮਨਵੀਤ ਵੱਲੋਂ ਜੈਸਟਰ ਹੋ ਰਿਹਾ ਹੈ ਕਿ ਮਨਵੀਤ ਕਹਿੰਦੀ ਸੀ ਕਿ ਸਾਰੇ ਬ੍ਰਦਰਸ ਨੂੰ ਮੇਰੇ ਵੱਲੋਂ ਕਿਉਂਕਿ ਬਰਾ ਉਹ ਤੋਂ ਵਿਆਹ ਤੋਂ ਬਾਅਦ ਪਹਿਲੀ ਸੀਗੀ ਰੱਖੜੀ ਤਾਂ ਕਹਿੰਦੀ ਯਾਰ ਵੀ ਮੈਂ ਦੇਣਾ ਚਾਹੁੰਦੀ ਹਾਂ ਪਾਰਟੀ ਫਿਰ ਆਪਾਂ ਇੱਕ ਪਾਰਟੀ ਛੋਟੀ ਜਿਹੀ ਪਾਰਟੀ ਵੀ ਨਹੀਂ ਆਈ ਪਹਿਲਾਂ ਤਾਂ ਲੰਚ ਰੱਖਿਆ ਲੰਚ ਹੀ ਹੈ ਮਤਲਬ ਬਹੁਤ ਛੋਟਾ ਜਿਹਾ ਇੱਕ ਫੈਮਿਲੀ ਰੈਸਟੋਰੈਂਟ ਮਤਲਬ ਪਰਪਸ ਸੀਗਾ ਕਿ ਸਾਰੇ ਇਕੱਠੇ ਹੋ ਜਾਣ ਇੱਕ ਵਾਰ ਦੁਬਾਰਾ ਅਰੇ ਵਾਹ ਮੈਂਬਰ ਸਾਰੇ ਆਉਣੇ ਸ਼ੁਰੂ ਹੋ ਗਏ ਜੀ ਤੇ ਬਸ ਹੌਲੀ ਹੌਲੀ ਆ ਸਾਰੀਆਂ ਜਿਹੜੀਆਂ ਸੀਟਾਂ ਨੇ ਸਾਰੀਆਂ ਭਰ ਜਾਣੀਆਂ ਆ ਮੇਰਾ ਖੜੀ ਬਸ
मनवीत का वड्डा भरा थोड़ी नहीं छोटे का मतलब थोड़ी कि यार छोटा फ्रीज पाएगा तू पापा हम कहते अपने नवी गेम खेलनी है नवी गेम के बैलेंस बैलून मतलब कि बैलून बैलेंस करके चलना तो कोऑर्डिनेट बना के चलना वो देख रहे पूरा चक्कर कंप्लीट कर लिया वैसे अस जीत चुके हैं पर अस चांस दे रहे बच्चों देखो जी सारे पुराने सारे पुराने इंजन है शाबाश शाबाश बस हाथ उपर रखो हाथ उपर राउंड घूमना फिर राउंड घूमना फिर लो भी मोड़ कटने वाला मोड़ आप जा रहे हैं जी खाना पीना साडा हो गया सब कुछ डन तो हम असि नेक्स्ट प्लान बनाया नेक्स्ट प्लान की बनाया मनीकोर असि जावांगे सुप्रीत नु सरप्राइज देन ओदी लुधियाने जॉब लगी है तो हमने सारे लुधियाने जा रहे हैं विश्कम सारे नहीं थोड़े जाने जा रहे हैं जिन्नी को मैं रात अलाउड है चलो जी आप गर्ल्स होस्टल के बाहर आना आपना इतने देखो जी सिर्फ कुड़िया कुड़िया लाउड ने मुंडे लाउड नहीं है फिर मैं दिखा सारी जो जनता है अगे सीधा जाइए चलो अस जाके आए अस तीनों जावांगे हुने
ਤੇ ਦੇਖਦੇ ਸਰਪ੍ਰਾਈਜ਼ ਹੋ ਗਈ ਕਿਹਗੇ ਕਿੱਥੋਂ ਆ ਗਏ ਸੋ ਅਸੀਂ ਇੱਥੇ ਇਹਨਾਂ ਨੂੰ ਕਿਹਾ ਕਿ ਅਸੀਂ ਸੁਪ੍ਰੀਤ ਮੈਡਮ ਨੂੰ ਮਿਲਣ ਆਏ ਆ ਤੇ ਪਲੀਜ਼ ਉਹਨੂੰ ਦੱਸਿਓ ਨਾ ਉਹਨੂੰ ਅਪਰੂਵਲ ਲੈਣ ਗਏ ਕਿ ਸਾਨੂੰ ਅੰਦਰ ਮਿਲਣ ਦਿੱਤਾ ਜਾਏਗਾ ਕਿ ਨਹੀਂ ਧੱਕ ਧੱਕ ਹੁਣ ਸੁਪ੍ਰੀਤ ਨੂੰ ਮਿਲਣ ਵਾਸਤੇ ਵੀ ਦੇਖ ਲਓ ਪਰਮਿਸ਼ਨਸ ਲੈਣੀਆਂ ਪੈਣਗੀਆਂ ਪਹੁੰਚੀ ਨਹੀਂ ਚਾਹ ਨੂੰ ਬਿਲਕੁਲ ਆਪਾਂ ਲਾਈਕ ਉਹ ਬਣਾ सब तो ज्यादा एक्साइटमेंट दे विच सानू सारा छड्ड के आप अगे चले गए थैंक यू सो मच थोड़ा सारे जी तुम इन्ना प्यार देने हो रेगुलर वॉच करते हो ब्लॉग्स है ना लाइक कर दो कमेंट कर दो इतना ही प्यार देंदे रहो असी कोशिश करांगे जी थोड़े चेहरे ते स्माइल लेके आने की हमेशा खुश रखना ਤੇ ਅਸੀਂ ਇਹ ਵੀ ਹੋਪ ਕਰਦੇ ਹਾਂ ਕਿ ਤੁਸੀਂ ਤੁਹਾਡਾ ਬੌਂਡ ਹੋਰ ਸਟਰੋਂਗਰ ਹੋਇਆ ਹੋਏਗਾ ਕਿਉਂਕਿ ਇੱਕ ਦਿਨ ਤਾਂ ਬਹਾਨਾ ਹੁੰਦਾ ਹੈ ਦ ਮੇਨ ਆਈਡੀਆ ਇਜ਼ ਟੂ ਸੈਲੀਬ੍ਰੇਟ ਲਵ ਐਂਡ ਟੂ ਸੈਲੀਬ੍ਰੇਟ ਦੈਟ ਟੁਗੇਦਰਨੈਸ ਸੋ ਥੈਂਕ ਯੂ ਸੋ ਮਚ ਐਵਰੀਬਾਡੀ ਟੇਕ ਕੇਅਰ ਆਪਣਾ ਬੌਂਡ ਬਣਿਆ ਰਹੇ ਇੱਕ ਬ੍ਰਦਰ ਸਿਸਟਰ ਦਾ ਮੇਨ ਪਰਪਸ ਤਾਂ ਹੀ ਹੁੰਦਾ ਕਿ ਯਾਰ ਸਾਰੇ ਜਣੇ ਇਕੱਠੇ ਰਹਿਣ ਸਾਰੇ ਖੁਸ਼ ਰਹਿਣ ਇੱਕ ਦੂਜੇ ਨਾਲ ਮਿਲ ਕੇ ਰਹਿਣ ਇੱਕ ਦੂਜੇ ਦੀ ਹੈਲਪ ਕਰ ਲੈਣ ਹਮੇਸ਼ਾ ਥੈਂਕ ਯੂ ਜੀ ਰੱਬ ਰੱਖਾ ਜੀ